ਓਏ ਮਿੱਤਰੋ ਕਹਿੰਦੇ ਰੋਜ਼ ਹੀ ਕੱਟ ਜੀ ਬਾਰੇ ਦੱਸਦੇ ਆ, ਜਾਂਦੇ ਕਿੱਥੇ ਆ ਦੱਸਦੇ ਨਹੀਂ ਕਿਸੇ ਨੂੰ। ਅਤੇ ਜਿਵੇਂ ਤੁਹਾਨੂੰ ਪਤਾ ਹੀ ਆ, ਹੁਣ ਥੋੜ੍ਹੇ ਹੀ ਦਿਨ ਲੱਗ ਗਏ ਰਹਿ ਗਿਆ ਇਹਦੇ ਵੀ, ਗਗਪ੍ਰੀਤ ਦੇ ਗੁੱਡ ਨਿਊਜ਼ ਹੋਣ ਵਾਲੀ ਆ। ਸੋ ਇਸ ਕਰਕੇ ਫਿਰ ਸਾਨੂੰ ਵਾਰ ਵਾਰ ਗੇੜੇ ਕੱਢਣੇ ਪੈਂਦੇ ਹੋਸਪਿਟਲ ਦੇ, ਹੈ ਨਾ। ਅਤੇ ਵਾਰ ਵਾਰ ਬੁਲਾਉਂਦੇ ਨੇ ਡਾਕਟਰ, ਅਤੇ ਪ੍ਰਾਈਵੇਟ ਹੋਸਪਿਟਲਾਂ ਦਾ ਤੁਹਾਨੂੰ ਪਤਾ ਹੀ ਆ ਚੱਕਰ, ਸਰਕਾਰੀ ਜੋਬ ਤਾਂ ਹੀ ਬੰਦਾ ਫਿਰ ਘੱਟ ਗੇੜੇ ਲੱਗਦੇ ਆ, ਪਰ ਪ੍ਰਾਈਵੇਟ ਵਾਲੇ ਬਹੁਤ ਗੇੜੇ ਲਵਾਉਂਦੇ ਆ ਬੰਦੇ ਦੇ, ਉਹਨਾਂ ਨੇ ਆਪਣੇ ਪੈਸੇ ਵੀ ਚਾਰ ਬਣਾਉਣੇ ਹੁੰਦੇ ਬਾਈ। ਕਹਿੰਦੀ ਆਪਣਾ ਪਰਸ ਸਾਂਭੋ, ਬੜੀ ਕਮਾਲ, ਬੜੀ ਗੁੱਸੇ 'ਚ ਆ ਇਹ, ਇਹਨੂੰ ਬਾਥਰੂਮ ਕਰਾ ਕੇ ਅੰਦਰ ਲੈ ਜੀ, ਬਾਹਰ ਕੁੱਤੇ ਨੇ ਚੱਕ ਕੇ ਲੈ ਜਾਣ ਉਹਨੂੰ। ਬਾਕੀ ਮਤਲਬ ਕੱਲ੍ਹ ਨੂੰ ਆਪਾਂ ਜਾਣਾ ਫਿਰ ਹੋਸਪਿਟਲ, ਅਤੇ ਪਰਸੋਂ ਆਪਾਂ ਗੱਡੀ ਤਿਆਰ ਕਰਾ ਲੈਣੀ, ਉਹ ਵੀ ਪਤਾ ਕੋਈ ਨਹੀਂ, ਹੈ ਨਾ, ਕਦੋਂ ਲੋੜ ਪੈ ਜਾਵੇ ਗੱਡੀ ਦੀ। ਸੋ ਇਸ ਕਰਕੇ ਆਪਾਂ ਘੁੰਮਾ ਕੇ ਰੱਖ ਲੈਣੀ ਆ, ਇੱਕ ਤਾਂ ਬਲੌਗ ਬਣਾਉਣਾ ਟਾਈਮ ਨਹੀਂ ਮਿਲਦਾ, ਵਿੱਚੋਂ ਮਾੜਾ ਮੋਟਾ ਟਾਈਮ ਕੱਢ ਕੇ ਬਲੌਗ ਬਣਾਉਣਾ ਪੈਂਦਾ ਆ, ਅਤੇ ਉਹਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ, ਤਾਂ ਕਰਕੇ ਥੋੜ੍ਹੇ ਮੋਟੇ ਛੋਟੇ ਛੋਟੇ ਬਲੌਗ ਬਣਾਈ ਜਾਂਦੇ, ਕਿੰਨਾ ਟਾਈਮ ਮਿਲਦਾ ਹੈ ਨਾ ਵਿੱਚੋਂ। ਅਤੇ ਸੋ ਬਾਈ ਕਹਿੰਦਾ ਇੱਕ ਕਮੈਂਟ ਆ, ਕਹਿੰਦਾ ਕਰ ਲਿਆ ਚਾਹ ਪੂਰਾ, ਬੇਇੱਜ਼ਤੀ ਮਰੂਤੀ ਫਿਰ। ਮੈਂ ਕਿਹਾ ਵੀਰੇ ਮਰੂਤੀ ਗਈ ਆ ਰਿਸ਼ਤੋਰੋਂ, ਰਿਸ਼ਤੋਰ ਹੋ ਗਿਆ ਉਹ, ਮਰੂਤੀ ਲਾਈ ਆ ਭਾਈ ਯਾਰ ਉੱਧਰ ਮੇਰੇ ਸਹੁਰਿਆਂ ਦੇ ਘਰ, ਅਤੇ ਉਹਨਾਂ ਨੂੰ ਲੋੜ ਸੀ ਥੋੜ੍ਹੀ ਜਿਹੀ, ਦੋ ਤਿੰਨ ਦਿਨ ਉਹਨੂੰ ਜਦੋਂ ਜਾਣਾ ਹੋਣਾ ਸੀ, ਅਤੇ ਇੱਕ ਸ਼ੀਸ਼ਾ ਟੁੱਟਾ ਤੁਹਾਨੂੰ ਪਤਾ ਬਾਹਰ, ਫਿਰ ਐਂਪੂਬੇ ਲੱਗਾ ਉਹਦੇ ਵਿੱਚ, ਮਹਿੰਗਾ ਐਂਪ ਲਵਾਇਆ, ਤੋਂ ਬੇਸਬੂਤ ਵੀ ਪੈਸੇ ਕਿਹਾ ਮੈਂ ਕੋਈ ਕੱਢ ਕੇ ਨਾ ਲੈ ਜਾਵੇ ਵਿੱਚੋਂ, ਪੈਕ ਕਰਕੇ ਉੱਥੇ ਅੰਦਰ ਲਾਇਆ ਉਹਨਾਂ ਦੇ, ਚਲੋ ਉਹਨਾਂ ਨੇ ਅੰਦਰ ਖੜੀ ਗਿਆ। ਆਹ ਟਰਾਲੀ ਬਹੁਤ ਘੈਂਟ ਲੱਗੀ ਮੈਨੂੰ ਆ, ਕੀਤਾ ਹੈ ਪਿਆਰ ਸਾਂਝ ਕੀਨ ਵੀ ਜ਼ਰੂਰੀ ਆ, ਗਾਣਾ ਗਾਉਣਾ ਤਾਂ ਨਹੀਂ ਆਉਂਦਾ, ਪਰ ਨੇ ਕਹਿੰਦੇ ਗਾਣੇ ਬਹੁਤ ਵਧੀਆ ਲੱਗਦੇ ਆ, ਬਾਕੀ ਘੈਂਟ ਗੱਲਾਂ ਬਾਤਾਂ ਮੇਰੇ ਵੀਰੇ, ਉਹ ਗੱਲਾਂ ਕਿਹੜੀਆਂ ਸੁਣਾਈਏ, ਚਲੋ ਤੁਹਾਨੂੰ ਗੱਲਾਂ ਸੁਣਾਉਣੇ ਆ, ਤੱਕ ਮਾੜੇ ਮੇਰਾ ਵੀਰ ਪਿੰਡ ਨਿਕਲਣ ਤੱਕ ਨਾ, ਮਾੜੇ ਜਿਹੇ ਮੋਟਰਸਾਈਕਲ ਦੀ ਸ਼ਕਲ ਦੇਖ ਕੇ ਮੇਰੀ ਗੱਲ ਸੁਣ ਲਓ, ਕਹਿੰਦੇ ਬੀਬੀ ਨੰਬਰ ਵਨ, ਕਿੱਦਾਂ ਬੀਬੀ ਨੰਬਰ ਵਨ, ਉਹ ਸਾਡੇ ਖਾਤਿਆਂ 'ਚ ਪੈਸੇ ਹੈ ਨਹੀਂ ਯਾਰ ਗੋਰੀਏ, ਨਹੀਂ ਸਾਡੇ ਪੈਸਿਆਂ 'ਚ ਯਾਰ ਹੈ ਨਹੀਂ ਯਾਰ ਗੋਰੀਏ, ਉਹ ਟੈਟੂ ਹੈ ਨਾ ਟਕਿਆ ਨਿਸ਼ਾਨ ਟੱਕਾਂ ਦੇ, ਜੇ ਸਮਝੀ ਨਾ ਕਿਤੇ ਜੱਟ ਦਾਊ ਨਹੀਂ, ਲਈਏ ਨਵਾਬਾਂ 'ਚ ਨਹੀਂ ਢਲ ਰੱਖਦੇ ਰੱਖਦੇ ਆ ਮਾਝੇ ਵਾਲੇ ਭਾਉ ਨਹੀਂ, ਅਰੇ ਅੱਜ ਉਹੀ ਜਿਹੜੇ ਉੱਤੇ ਨਜ਼ਰਾਂ ਦੀ ਚੱਕੀਆਂ, ਇੱਕ ਸਾਡੇ ਵਾਲੇ ਆਉਂਦੇ ਕੁੜੀਆਂ ਨੇ ਵੱਡੀਆਂ, ਉਹ ਤੇਰੇ ਨਾਲ ਜਿੰਨਾ ਕੱਟੇ ਵੀ ਖੇਡ ਨਹੀਂ, ਮੇਰੇ ਨਾਲ ਉਹ ਖੜੇ ਨੇ ਜਿੰਨਾ ਜੇਲਾਂ ਕੱਟੀਆਂ, ਹਾਏ 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 ਹਾਏ, ਅੱਜ ਤਾਂ ਮੇਰਾ ਸਾਲ ਸਮਾਨ ਵਧੀਆ ਮਿਲ ਗਿਆ, ਅੱਜ ਭਾਵੇਂ ਕੀ ਅੱਜ ਗੱਡੇ ਨਾ ਜੋੜ ਲਾ, ਇਹ ਝੋਨੇ ਦੀ ਉਹਦੀ ਕਣਕ ਦੀ ਪਰਾਲੀ ਨੂੰ ਅੱਗ ਲਾਉਂਦੇ ਹੁੰਦੇ ਹੈ ਨਾ, ਹੈ ਨਾ, ਇਹਦੀ ਤੂੜੀ ਬਣਦੀ ਹੈ ਨਾ, ਨਹੀਂ ਕਣਕ ਦੀ ਪਰਾਲੀ ਤੂੜੀ ਬਣਦੀ ਆ, ਇਹ ਸਾਲ ਦੇ ਆ ਝੋਨੇ ਦੀ ਪਰਾਲੀ ਦਾ, ਕਣਕ ਦੀ ਪਰਾਲੀ ਤੂੜੀ ਬਣਦੀ ਜੀ, ਤਾਂ ਇਹ ਤਾਂ ਉਹਨੇ ਤੂੜੀਆਂ ਮਸ਼ੀਨਾਂ ਵੀ ਆਉਂਦੀਆਂ ਨੇ, ਗੁਲਫ ਲਾ ਕਿਸ਼ੇ ਸ਼ੁਨਾ ਬਿਗ ਬਾਸ, ਥੋੜ੍ਹਾ ਜਿਹਾ ਬੜਾ ਔਖਾ ਹੁੰਦਾ ਬੰਦਾ ਆਪਣਾ ਸਾਰਾ ਡਾਕੂਮੈਂਟ ਡਾਕੂਮੈਂਟ ਵਧੀਆ ਰੱਖਿਆ ਆਪਾਂ ਦਾ, ਜੋ ਵੀ ਚਲਾਉਣਾ ਹੈ ਨਾਮ ਚੜਾਉਣਾ ਕੰਮ ਥੋੜ੍ਹਾ ਜਿਹਾ ਰਹਿੰਦਾ, ਇੱਕ ਪੈਨ ਕਾਰਡ ਬਣਾਉਣਾ ਹੈ, ਪੈਨ ਕਾਰਡ ਸਾਡੀ ਪੈਨ ਕਾਰਡ ਅਪਲਾਈ ਕਰ ਦਿਓ, ਤੇਰਾ ਹੁਣ ਹੋ ਜਾਣਾ 300 ਰੁਪਏ ਲੈ ਕੇ, ਤੇ ਛੇ ਇਹਦੇ ਨੇ ਆਪਣੇ ਕੋਲ ਆਪਣਾ ਬਣਾਇਆ ਕਰਦੇ ਨਾ ਕਰਦੀ ਹੈ ਮੇਨ ਚੱਕਰ, ਫਿਰ ਆਪਾਂ ਅੱਡ ਹੋ ਜਾਣਾ, ਉਹ ਬਾਈ ਚੱਕਰੇ ਮੈਂ ਆਪਣਾ ਬਲੌਗ ਲੈ ਕੇ ਅੱਡ ਹੋ ਜਾਣਾ, ਅਤੇ ਆਪਣਾ ਬਲੌਗ ਲੈ ਕੇ ਅੱਡ ਹੋ ਜਾਣਾ, ਇਹਨੇ ਤੇ ਇਹਦੇ ਬੇਬੀ ਨੇ, ਅਤੇ ਮੈਂ ਇਕੱਲਾ ਛੇ ਵਾਪਦਾ ਵੀ। ਸੋ ਆਪਣੇ ਮਿੱਤਰੋ 90,000 ਸਬਸਕ੍ਰਾਈਬਰ ਸਾਡੇ ਆ, ਥੋੜ੍ਹਾ ਜਿਹਾ ਦੱਬ ਕੇ ਸਬਸਕ੍ਰਾਈਬ ਕਰੋ, ਅਤੇ ਜਿੱਦਣ ਆਪਣਾ ਲੱਖ ਸਬਸਕ੍ਰਾਈਬ ਹੋ ਗਿਆ ਉੱਧਰ ਆਪਾਂ ਸਾਰਿਆਂ ਨੂੰ ਸਬਸਕ੍ਰਾਈਬ ਦੇਵਾਂਗੇ, ਇੱਕ ਸਾਰਿਆਂ ਨੂੰ ਸਬਸਕ੍ਰਾਈਬ ਦੇਵਾਂਗੇ। ਸੋ ਮੈਨੂੰ ਵੀ ਇੱਕ ਸਰਪ੍ਰਾਈਜ਼ ਮਿਲਣ ਵਾਲਾ ਹੈ ਜਗਵੀਰ ਵੱਲੋਂ, ਅਤੇ ਮੈਂ ਵੀ ਬੜਾ ਐਕਸਾਈਟਡ ਐਕਸਾਈਟਡ, ਜਿਹਨਾਂ ਨੇ ਮਤਲਬ ਮੈਨੂੰ ਵੇਚਤਾ ਵੀ ਨਹੀਂ ਆ, ਕਿ ਹਾਂ ਬੇਬੀ ਹੋਵੇ ਜਲਦੀ ਜਲਦੀ, ਫਿਰ ਮੈਨੂੰ ਇੱਕ ਸਰਪ੍ਰਾਈਜ਼ ਮਿਲਣਾ, ਮੇਰਾ ਕੰਮ ਸ਼ੁਰੂ ਹੋ ਜਾਣਾ ਸਾਰਾ, ਸਹੀ ਬੋਲਾਂ ਨਾ ਯਾਰ। ਮੈਨੂੰ ਸਾਰੇ ਕਹਿੰਦੇ ਜਗਵੀਰ ਬੋਲਦੀ ਕਿਉਂ ਨਹੀਂ, ਬੋਲਦੀ ਕਿਉਂ ਨਹੀਂ, ਕਹਿੰਦੇ ਜਗਵੀਰ ਬਹੁਤ ਘੱਟ ਬੋਲਦੀ ਆ, ਮੈਂ ਕਿਹਾ ਬੋਲਦੀ ਉਹੀ ਕਹੇ ਤਾਂ ਘਰ ਆ ਕੇ ਸੁਣੀ, ਜੋ ਸਵੇਰੇ ਸਵੇਰੇ ਸਫਾਈ ਆਉਣ ਲੱਗੀਆਂ ਹੁੰਦੀਆਂ ਆਟੇ ਆਪਣੇ ਅਸੀਂ।
ਸਾਕਾ ਨਾ ਜਗਵੀਰ ਘੱਟ ਬੋਲਦੀ ਆ ਉਹ ਆ ਕੇ ਸਾਡੇ ਕੋਲ ਇੱਕ ਦਿਨ ਰਹਿ ਲਵੇ ਉਹਨੂੰ ਪਤਾ ਲੱਗ ਜੂ। ਲੋ ਵੀ ਮਿੱਤਰੋ ਕਹਿੰਦੇ ਬੈਗ ਵੀ ਚੱਕ ਰਿਹਾ ਤੇ ਫੁੱਲ ਤੇ ਆ ਰਹੀਆਂ ਨੇ ਇਹ ਮੇਰੇ ਬੇਬੀ ਦੀਆਂ ਫੁੱਲ ਤੇ ਆ ਰਹੀਆਂ ਮੇਰੇ ਬੇਬੀ ਦੀਆਂ ਤੇ ਹਸਪੀਟਲ ਚ ਆਏ ਆ ਆਪਾਂ ਉਹਦੇ ਕੰਮ ਨੂੰ ਨਿਬੇੜ ਕੇ ਹੁਣ ਚੱਲਾਂ ਮੈਂ ਗੱਡੀ ਠੀਕ ਕਰਾਉਣ ਨਾ ਚਲੋ ਗੱਡੀ ਦਾ ਸ਼ੀਸ਼ਾ ਪਵਾਈਏ ਇਹਨ ਪਾਈਂ ਦੱਸ ਆਪਣਾ ਘਰ ਉੱਤਰ ਆ ਆਓ ਬਾਈ ਬਾਈ ਅੱਗੇ ਉਹ ਸਿੱਧਾ ਆਟੋ ਵਾਲੇ ਦੇ ਕੋਲ ਇੱਧਰ ਮੁੜ ਜੀ ਗੰਜਾ 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 ਕਿੱਥੇ ਮਿਲੂਗਾ ਮੇਰਾ ਸਾਲਾ ਹੈਪੀ ਗੰਜੇ ਨੂੰ ਦੇਖਿਆ ਗੰਜੇ ਦੇਖਿਆ ਗਾਂਜਿਆ ਕਾ ਪੇ ਗਾਂਜਾ ਗੱਲ ਕਰੇ ਜਾਣਾ ਹੋਰ ਮਿੱਤਰੋ ਕਹਿੰਦੇ ਸ਼ੀਸ਼ਾ ਲੈਣ ਆਏ ਆ ਦੇਖ ਲਓ ਇੱਧਰ ਲੁਧਿਆਣੇ 'ਚ ਗੱਡੀਆਂ ਵੱਡੀਆਂ ਜਾਂਦੀਆਂ ਨੇ ਜਿਹੜੀ ਮਰਜ਼ੀ ਗੱਡੀ ਦਾ ਲਓ ਕਟਰ ਬਟਰ ਸਭ ਚੱਲਦਾ ਲਓ ਵੀ ਮਿੱਤਰੋ ਕਹਿੰਦੇ ਬਾਰਤ ਦੀ ਤਿਆਰੀ ਹੋ ਚੁੱਕੀ ਆ ਅਤੇ ਮਾੜਾ ਜਿਹਾ ਕੈਮਰਾ ਸਾਫ਼ ਹੋ ਜਾਵੇ ਮੈਨੂੰ ਵੀਰ ਕਹਿੰਦਾ ਬਾਈ ਤੁਸੀਂ ਵਲੌਗ ਬਣਾਉਂਦੇ ਉਦੋਂ ਤੁਸੀਂ ਕੈਮਰਾ ਸਾਫ਼ ਕਰਦੇ ਵੀ ਚੱਕਰ ਲੈ ਕਰੋ ਕਲਿੱਪ ਕੱਢਦੇ ਆ ਕਰੋ ਉਹ ਮੈਂ ਕਿਹਾ ਵੀਰੇ ਆਪਾਂ ਲੋੜ ਹੀ ਨਹੀਂ ਆਪਣੇ ਵੱਲ ਦੇਖ ਕੇ ਦੋ ਚਾਰ ਜਣੇ ਭਰਾ ਬਣਾ ਲਾ ਕੇ ਉਹਨੇ ਮਤਲਬ ਕੈਮਰਾ ਸਾਫ਼ ਕਰਕੇ ਬਣਾਈ ਦਾ ਜਾ ਕੇ ਉਹਨੇ ਤਿਆਰ ਤਿਉਰ ਹੋ ਕੇ ਅਤੇ ਕਰਦੇ ਹਾਂ ਬੱਲਾਂ ਬਾਤਾਂ ਵੀ ਇਹਨੇ ਕੀਤਾ ਪਿਛਲੀ ਯਾਰ ਵਾਰਤਾ 'ਤੇ ਆਪਣੇ ਕੋਲ ਵਲੌਗ ਨਹੀਂ ਸਹੀ ਬਣ ਚੁੱਕਿਆ ਕਿਉਂਕਿ ਉਦੋਂ ਆਪਣਾ ਟੁੱਟ ਗਿਆ ਸੀ ਪਰ ਐਤਕੀ ਆਪਾਂ ਐਂਡ ਕਰਾਵਾਂਗੇ ਪੂਰੀ ਪੂਰੀ ਐਸਮੈਂਟ ਮੈਂ ਕਹਿੰਦਾ ਉੱਕੇ ਰਿਪੋਰਟਾਂ ਕੰਮ ਬਹੁਤ ਆ ਟਾਈਮ ਹੈ ਨਹੀਂ ਇਹੀ ਚੱਕਰ ਸਵੇਰੇ ਜਾਓ ਸ਼ਾਮ ਪੈ ਜਾਂਦੀ ਹੈ ਅਤੇ ਕੰਮ ਮੁੱਕਦੇ ਨਹੀਂ ਪਤਾ ਹੀ ਹੈ ਬਜਟਾਂ ਦੇ ਮੁੰਡਿਆਂ ਦੇ ਕੰਮ ਕਿੱਥੇ ਮੁੱਕਦੇ ਬਾਕੀ ਆ ਢੱਕਣ ਖੜਕਦਾ ਆਪਣਾ ਇਹ ਵੀ ਪਵਾ ਦੇਣਾ ਹੁਣ ਸਵਾ ਅਤੇ ਰਾਤ ਗੱਡੀਆਂ ਚੀਜ਼ਾਂ ਭੰਨ ਗਿਆ ਕੋਈ ਫਿਰ ਬੰਦੇ ਬਹੁਤ ਪਰਹੇਜ਼ ਕਰਨਾ ਪੈਂਦਾ ਸੋ ਬਾਕੀ ਚੱਲਦੇ ਆਪਾਂ ਘਰੇ ਘਰ ਕੇ ਆ ਕੇ ਮਿਲਦੇ ਹਾਂ।